ਪਹਾੜੀ ਹਿੰਦਕੋ ਤੇ ਕਸ਼ਮੀਰ ਦੇ ਸਿਰਨਾਵੇਂ ਨਾਲ ਆਪਣਾ ਮਕਾਲਾ ਤੁਸਾਂ ਦੇ ਸਾਹਮਣੇ ਪੇਸ਼ ਕਰਦਾ। ਪਹਾੜੀ ਜਿਸ ਤਰ੍ਹਾਂ ਕਿ ਇਸ ਦੇ ਨਾਂ ਥਿੰਜ਼ਾਰ ਹੈ, ਪਹਾੜਾਂ ਵਿੱਚ ਬੋਲੀ ਕਹਿੰਦੀ ਹੈ, ਅਤੇ ਬਰੇ ਸਗੀਰ ਦੀਆਂ ਦੂਈਆਂ ਸੈਕੜਿਆਂ ਜ਼ਬਾਨਾਂ ਨਾਲੋਂ ਇਹ ਵੀ ਇੱਕ ਆਰਿਆਈ ਜ਼ਬਾਨ ਹੈ। ਡਾਕਟਰ ਗ੍ਰੇਟਸਨ, ਡਾਕਟਰ ਮਾਈਦੀਨ ਕਾਦਰੀ ਜ਼ੋਰ, ਡਾਕਟਰ ਗੋਪੀ ਚੰਦ ਨਾਰੰਗ, ਸਨੇਤੀ ਕੁਮਾਰ ਚੱਟਰ ਜੀ ਅਤੇ ਜ਼ਬਾਨਾਂ ਦੀਆਂ ਕਈ ਦੋਆਂ ਮਾਹਿਰਾਂ ਸੁਣ ਪਹਾੜੀ ਕੋ ਜ਼ਬਾਨ ਦੇ ਹਿੰਦ ਆਰਿਆਈ ਖਾਨਦਾਨ ਦੇ ਪਿਸ਼ਾਚਾ ਜਾਂ ਗਰਦੀ ਗਰੋਹ ਦੀ ਇੱਕ ਜ਼ੈਲੀ ਸ਼ਾਖ ਆਖਿਆ। ਅਤੇ ਮਗਰਬੀ ਵਸਤੀ ਔਰ ਮਗਰਬੀ ਦੇ ਨਾਂ ਨਾਲ ਅੱਗੋਂ ਹੋਰ ਧਰੋਵਾਂ ਨਿੱਕੀਆਂ ਗਰੋਹਾਂ ਵਿੱਚ ਵੰਡਿਆ। ਇਸ ਬਣ ਦੇ ਮੁਤਾਬਕ ਮਸ਼ਰਕੀ ਗਰੋਹ ਵਿੱਚ ਖਸਕੋਰਾ ਜਾਂ ਨੇਪਾਲੀ, ਵਸਤੀ ਗਰੋਹ ਵਿੱਚ ਗੜਵਾਲੀ ਔਰ ਕਮਾਉਨੀ, ਅਤੇ ਮਗਰਬੀ ਗਰੋਹ ਵਿੱਚ ਹਿਮਾਚਲ ਔਰ ਮਗਰਬੀ ਕਸ਼ਮੀਰ ਵਿੱਚ ਬੋਲੀ ਜਾਣ ਵਾਲੀ ਜ਼ਬਾਨ ਸ਼ਾਮਿਲ ਹੈ। ਮਕਾਲੇ ਦੇ ਸਿਰਨਾਵੇਂ ਪਹਾੜੀ ਹਿੰਦਕੋ ਤੇ ਕਸ਼ਮੀਰ ਦੇ ਨਛੇੜ ਵਾਸਤੇ ਅਸਾਂ ਪਹਾੜੀ ਦੇ ਮਗਰਬੀ ਗਰੋਹ ਵਿੱਚ ਸ਼ਾਮਿਲ ਉਸ ਜ਼ਬਾਨ ਤੇ ਉਸ ਦੇ ਲਹਿਜਿਆਂ ਤੇ ਗੱਲ ਕਰਨੀ ਹੈ ਜਿਹੜੀ ਜੰਮੂ ਕਸ਼ਮੀਰ ਵਿੱਚ ਬੋਲੀ ਜਾਂਦੀ ਹੈ। ਪਰ ਇਸ ਤੋਂ ਪਹਿਲਾਂ ਪਹਾੜੀ ਦੀ ਕਦੀਮ ਤਾਰੀਖੀ ਹਸੀਅਤ ਤੇ ਵੀ ਇਤਨੀ ਗੱਲ ਕਰਦੇ ਜੁਲਾਂ ਜੇ ਪਹਾੜੀ ਜ਼ਬਾਨ ਦੇ ਅਸਲ ਵਾਰਸ ਆਰੀਆ ਕੌਮ ਦੇ ਉਹ ਕਬੀਲੇ ਨੇ ਜਿਨ੍ਹਾਂ ਕੋਲ ਗ੍ਰੇਡਸਨ ਅਤੇ ਕਈ ਦੋਆਂ ਮਾਹਿਰਾਂ ਸੁਣ ਖਾਸ਼ਾ ਕਬੀਲੇ ਆਖਿਆ, ਜਦਕਿ ਕੁਝਾਂ ਸੁਣ ਕਿਸ਼ਾਨ ਔਰ ਅਖਸ਼ਾਨ ਦਾ ਨਾਂ ਦਿੱਤਾ ਹੈ। ਜ਼ਬਾਨਾਂ ਦੇ ਮਾਹਿਰਾਂ ਦਾ ਆਖਣਾ ਹੈ ਜੇ ਖਾਸ਼ਾ ਕਬੀਲੇ ਆਰੀਆਂ ਦਾ ਉਹ ਗਰੋਹ ਹੈ ਜਿਸ ਆਪਣੇ ਅਸਲੀ ਵਤਨ ਮਸ਼ਰਕੀ ਯੂਰਪ ਥੀ ਵਸਤ ਏਸ਼ੀਆ ਥੀ ਨਿਕਲ ਕੇ ਕਈ ਸਦੀਆਂ ਮਸ਼ਰਕੀ ਈਰਾਨ ਵਿੱਚ ਰਹਿਣ ਦੇ ਬਾਅਦ 1500 ਕਬਲ ਮਸੀਹ ਜਾਂ ਇਸ ਦੀ ਕੁਝ ਪਹਿਲਿਆਂ ਹਿੰਦੂਕਸ਼ ਦੇ ਜਨੂਬੀ ਇਲਾਕੇ ਗਲਗਿਤ ਬਲਤਿਸਤਾਨ ਔਰ ਕਸ਼ਮੀਰ ਵਿੱਚ ਆ ਕੇ ਡੇਰੇ ਲਾਏ, ਜਿੱਥੋਂ ਖਿੰਡਿਆਂ ਖਿੰਡਿਆਂ ਨੇਪਾਲ ਤਿਕਰ ਕੋਈ ਹਿਮਾਲਿਆ ਦੇ ਪੂਰੇ ਪਹਾੜੀ ਸਿਲਸਿਲੇ ਵਿੱਚ ਵੱਸ ਗਿਆ। ਇਹ ਆਫਾਕੀ ਹਕੀਕਤ ਆਪਣੀ ਜਾਈ ਜੇ ਪਹਾੜੀ ਤਾਂ ਹਿੰਦਕੋ ਦੋ ਕਨੀ ਕਨੀ ਜ਼ਬਾਨਾਂ, ਪਰ ਜਿਸ ਤਰ੍ਹਾਂ ਪਹਾੜੀ ਦਾਨ ਹਿੰਦਕੋ ਲਹਿਜੇ ਦੇ ਅਸਰ ਦੀ ਵਜ੍ਹਾ ਥੀ ਪਹਾੜੀ ਦੇ ਇੱਕ ਹੀ ਲਹਿਜੇ ਕੋ ਕਾਗਾਨੀ, ਹਜ਼ਾਰਵੀ ਜਾਂ ਹਿੰਦਕੋ ਪਹਾੜੀ ਆਖੇ ਵਿੱਚ ਬਜਾਏ ਹਨ, ਇਸੀ ਤਰ੍ਹਾਂ ਹਿੰਦਕੋ ਦਾਨ ਵੀ ਹਿੰਦਕੋ ਦੇ ਇੱਕ ਹੀ ਲਹਿਜੇ ਤੈਅ ਪਹਾੜੀ ਦੇ ਗੱਲ ਅਸਰ ਕੋ ਦਿਖਦਿਆਂ ਹੋਇਆਂ ਇਸ ਕੋ ਪਹਾੜੀ ਹਿੰਦਕੋ ਆਖੇ ਵਿੱਚ ਬਜਾਏ। ਇਹ ਗੱਲ ਕਰਨੀ ਵੀ ਜ਼ਰੂਰੀ ਹੈ ਜੇ ਸਿਰਫ ਪਹਾੜੀ ਤਾਂ ਹਿੰਦਕੋ ਦਾ ਹੀ ਯਕੀਨ ਦੂਜੀ ਤੈਅ ਅਸਰ ਨਹੀਂ, ਬਲਕਿ ਹਿੰਦ ਆਰਿਆਈ ਖਾਨਦਾਨ ਦੀਆਂ ਸਾਰੀਆਂ ਜ਼ਬਾਨਾਂ ਦਾ ਯਕੀਨ ਦੂਜੀ ਤੈਅ ਇਸੀ ਤਰ੍ਹਾਂ ਅਸਰ ਹੈ, ਜਿਸ ਕੋ ਮਾਰੂਫ ਮਾਹਿਰ ਲਸਾਨੀਆਤ ਡਾਕਟਰ ਸੁਦੇਸ਼ਵਰ ਵਰਮੇ ਹੋਰਾਂ ਬਗਦੇ ਦਰਿਆ ਦਾ ਨਾਂ ਦੇ ਕੇ ਆਖਿਆ ਹੈ ਜੇ ਹਿੰਦ ਆਰਿਆਈ ਜ਼ਬਾਨਾਂ ਦੀ ਇਲਾਕਾਈ ਆਤਬੰਦੀ ਇਨਸਾਨ ਦੇ ਵੱਸ ਦੀ ਗੱਲ ਨਹੀਂ। ਰਿਆਸਤ ਜੰਮੂ ਕਸ਼ਮੀਰ ਵਿੱਚ ਪਹਾੜੀ ਜ਼ਬਾਨ ਦੇ ਜਿਹੜੇ ਇਲਾਕੇ ਡੋਗਰੀ ਦੇ ਇਲਾਕਿਆਂ ਨਾਲ ਮਿਲਦੇ ਨੇ ਉਹਨਾਂ ਇਲਾਕਿਆਂ ਦੀ ਪਹਾੜੀ ਤਾਂ ਡੋਗਰੀ ਦਾ ਅਸਰ ਹੈ, ਜਿਹੜੇ ਪਠਵਾਰੀ ਦੇ ਇਲਾਕਿਆਂ ਨਾਲ ਮਿਲਦੇ ਨੇ ਉਹਦੀ ਪਹਾੜੀ ਤਾਂ ਪਠਵਾਰੀ ਦਾ ਅਸਰ ਹੈ, ਜਿਹੜੇ ਸੂਬਾ ਸਰਹੱਦ ਦੇ ਹਿੰਦਕੋ ਇਲਾਕਿਆਂ ਨਾਲ ਮਿਲਦੇ ਨੇ ਉਹਦੀ ਪਹਾੜੀ ਤਾਂ ਹਿੰਦਕੋ ਦਾ, ਅਤੇ ਜਿਹੜੇ ਪੰਜਾਬੀ ਇਲਾਕਿਆਂ ਨਾਲ ਮਿਲਦੇ ਨੇ ਉਹਦੀ ਪਹਾੜੀ ਤਾਂ ਪੰਜਾਬੀ ਦਾ ਅਸਰ ਹੈ। ਇਸ ਇਲਾਕਾਈ ਬਣ ਦੇ ਮੁਤਾਬਕ ਪਹਾੜੀ ਦੇ ਚਾਰ ਬੜੇ ਲਹਿਜੇ ਨੇ, ਜਦਕਿ ਹਰ ਲਹਿਜੇ ਵਿੱਚ ਕਈ ਮਕਾਮੀ ਲਹਿਜੇ ਵੀ ਪਹਾੜੀ ਦੀ ਜ਼ੀਨਤ ਹਨ, ਜਿਨ੍ਹਾਂ ਕੋਲ ਦੇਖ ਕੇ ਗ੍ਰੇਟਸਨ ਜੰਮੂ ਕਸ਼ਮੀਰ ਦੀ ਪਹਾੜੀ ਦੀ ਕੋਈ ਵਾਜ਼ਿਆ ਸੂਰਤ ਬਿਆਨ ਕਰਨੇ ਥੀ ਅੱਜ ਜਾ ਕੇ ਇਸ ਕੋ ਅਨਸਪੈਸੀਫਾਈਡ ਪਹਾੜੀ ਲਿਖ ਗਿਆ। ਉਹ ਲਿਖਤਾ ਜੇ ਵੈਸਟਰਨ ਪਹਾੜੀ ਕੰਸਿਸਟ ਆਫ ਏ ਗ੍ਰੇਟ ਨੰਬਰ ਆਫ ਡਾਇਲੈਕਟਸ ਵੈਰੀਇੰਗ ਆਲਮੋਸਟ ਫਰਾਮ ਹਿਲ ਟੂ ਹਿਲ। ਰਿਆਸਤ ਜੰਮੂ ਕਸ਼ਮੀਰ ਵਿੱਚ ਪਹਾੜੀ ਦੇ ਹਿੰਦਕੋ ਲਹਿਜੇ ਦਿਆਂ ਬੜਿਆਂ ਬੜਿਆਂ ਗਰਾਵਾਂ ਦੀ ਜ਼ਿਲ੍ਹਾਵਾਰ ਤਫਸੀਲ ਇਸ ਤਰ੍ਹਾਂ ਹੈ ਜੇ ਸੂਬਾ ਜੰਮੂ ਦਿਆਂ ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ਵਿੱਚ ਪਹਾੜੀ ਬੋਲਣ ਵਾਲਿਆਂ ਦੀ ਅਕਸਰੀਅਤ ਹੈ। ਰਾਜੌਰੀ ਦੀ ਪਹਾੜੀ ਤਾਂ ਜ਼ਿਆਦਾ ਡੋਗਰੀ ਦਾ ਅਸਰ ਹੈ, ਜਦਕਿ ਪੁੰਛਾ ਦੀ ਪਹਾੜੀ ਤਾਂ ਡੋਗਰੀ ਥੀ ਜ਼ਿਆਦਾ ਪਠਵਾਰੀ ਦਾ ਅਸਰ ਹੈ। ਉਧਮਪੁਰ ਜ਼ਿਲ੍ਹੇ ਦੀਆਂ ਗਰਾਵਾਂ ਗੂਲ ਗੁਲਾਬਗੜ੍ਹ ਬੜੀ ਬੁੱਧੁਲ ਅਤੇ ਹਰਨਾਸ ਦੀ ਪਹਾੜੀ ਤਾਂ ਡੋਗਰੀ ਦਾ ਅਸਰ ਹੈ। ਡੋਗਰੀ ਪਠਵਾਰੀ ਹਿੰਦਕੋ ਅਤੇ ਪੰਜਾਬੀ ਦੇ ਪਹਾੜੀ ਤਹਿ ਅਸਰਾਤ ਕੋ ਅਸੀਂ ਮੁਖਤਸਰ ਲਫਜ਼ਾਂ ਵਿੱਚ ਇਸ ਤਰ੍ਹਾਂ ਸਮਝ ਸਕਦੇ ਹਾਂ ਜੇ ਡੋਗਰੀ ਦੇ ਅਸਰ ਦੇ ਤਹਿਤ ਪਹਾੜੀ ਦੇ ਹਿੰਦਕੋ ਲਹਿਜੇ ਵਿੱਚ ਮੁੱਕੋ ਤੁੱਕੋ ਦੇ ਲਫਜ਼ ਮਿੱਕੀ ਤੁੱਕੀ ਜਾਂ ਮਿੱਗੀ ਤੁੱਕੀ ਅਸੀਂ ਤੁਸੀਂ ਉਹ ਕਹਿੰਦੇ ਨੇ। ਪਠਵਾਰੀ ਦੇ ਅਸਰ ਦੇ ਤਹਿਤ ਹਿੰਦਕੋ ਦੇ ਅਸਰ ਵਾਲੇ ਮੜੇ ਤੁੜੇ ਅਤੇ ਅਸਦੇ ਤੁਸਤੇ ਮਾੜੇ ਤੁਆਲੇ ਅਸਾੜੇ ਤੁਸਾੜੇ ਔਰ ਇਹਨਾਂ ਗਹਿਣਾ ਅੱਛਣਾ ਗੱਛਣਾ ਹੋ ਕਹਿੰਦੇ ਨੇ। ਜਦਕਿ ਪੰਜਾਬੀ ਅਸਰ ਦੀ ਵਜ੍ਹਾ ਥੀ ਹਿੰਦਕੋ ਲਹਿਜੇ ਦੀ ਪਹਾੜੀ ਦੇ ਲਫਜ਼ ਮੁੱਕੋ ਤੁੱਕੋ ਮੈਨੂੰ ਤੈਨੂੰ ਤਾਂ ਮੜਾ ਤੁੜਾ ਔਰ ਮੜੇ ਤੁੜੇ ਮੇਰਾ ਤੇਰਾ ਤੈ ਮੇਰੇ ਤੇਰੇ ਵਿੱਚ ਬਦਲ ਗਏ ਨੇ। ਸੂਬਾ ਜੰਮੂ ਦੇ ਹਿਮਾਚਲ ਨਾਲ ਮਿਲਣ ਵਾਲੇ ਜ਼ਿਲ੍ਹੇ ਦੋੜੇ ਦਿਆਂ
ਪਹਾੜੀ ਜ਼ਬਾਨ ਦਿਆਂ ਗ੍ਰਾਮਾਂ ਅਤੇ ਕਸਬਿਆਂ ਵਿੱਚ ਰਾਮਸੂ, ਰਾਮਬਨ ਅਤੇ ਬਟੋਤ ਐਮਨ ਅਤੇ ਇਹਨਾਂ ਇਲਾਕਿਆਂ ਦੀ ਪਹਾੜੀ ਤਾਂ ਡੋਗਰੀ ਦਾ ਰੰਗ ਗਾਲਬ ਹੈ, ਜਦਕਿ ਜੰਮੂ ਅਤੇ ਕਠੋਏ ਦਿਆਂ ਜ਼ਿਲ੍ਹਿਆਂ ਵਿੱਚ ਪਹਾੜੀ ਬੋਲਣ ਵਾਲਿਆਂ ਦਾ ਕੋਈ ਮਖਸੂਸ ਗ੍ਰਾਂ ਜਾਂ ਕਸਬਾ ਨਹੀਂ, ਪਰ ਪੁੰਛ, ਰਜੌਰੀ, ਉਧਮਪੁਰ, ਡੋਡੇ ਔਰ ਵਾਦੀ ਕਸ਼ਮੀਰ ਦੀਆਂ ਪਹਾੜੀ ਇਲਾਕਿਆਂ ਦੀਆਂ ਹਜ਼ਾਰਾਂ ਲੋਕ ਜੰਮੂ ਸ਼ਹਿਰ ਅਤੇ ਉਸ ਦੀਆਂ ਆਸਾਂ ਪਾਸਾਂ ਦੀਆਂ ਡੋਗਰੀ ਬਸਤੀਆਂ ਵਿੱਚ ਆ ਕੇ ਆਬਾਦ ਹੋ ਗਏ ਹਨ। ਆਜ਼ਾਦ ਕਸ਼ਮੀਰ ਦੀ ਅਕਸਰੀਅਤ ਦੀ ਜ਼ਬਾਨ ਪਹਾੜੀ ਹੈ, ਜਿਸ ਵਿੱਚੋਂ ਜ਼ਿਲ੍ਹਾ ਮੀਰਪੁਰ ਔਰ ਬਿੰਬਰ ਦੀ ਪਹਾੜੀ ਅਤੇ ਪੰਜਾਬੀ ਦਾ ਰੰਗ ਗਾਲਬ ਸਹੀ ਹੁੰਦਾ ਹੈ, ਜਦਕਿ ਜ਼ਿਲ੍ਹਾ ਸਦਨੋਤੀ, ਕੋਟਲੀ, ਰਾਵਲਾਕੋਟ, ਬਾਗ ਔਰ ਜ਼ਿਲ੍ਹਾ ਮੁਜ਼ੱਫਰਾਬਾਦ ਦੇ ਇਲਾਕੇ ਖਾਵੜੇ ਅਤੇ ਪਠਵਾਰੀ ਦਾ ਰੰਗ ਗਾਲਬ ਹੈ। ਮੁਜ਼ੱਫਰਾਬਾਦ ਸ਼ਹਿਰ ਵਾਦੀ ਜੈਲਮ, ਲੀਪਾ ਵਾਦੀ ਔਰ ਵਾਦੀ ਨੀਲਮ, ਜਿਹੜਾ ਆਲੀ ਵਿੱਚ ਜ਼ਿਲ੍ਹੇ ਦਾ ਦਰਜਾ ਜਿਸ ਨੂੰ ਦਿੱਤਾ ਗਿਆ, ਦੀ ਪਹਾੜੀ ਤਾਂ ਵਾਦੀ ਕਸ਼ਮੀਰ ਦਿਆਂ ਕੰਢੀ ਇਲਾਕਿਆਂ ਦਿਆਂ ਗ੍ਰਾਮਾਂ ਦੀ ਤਰ੍ਹਾਂ ਹਿੰਦਕੋ ਦੀ ਛਾਪ ਹੈ। ਵਾਦੀ ਕਸ਼ਮੀਰ ਦੀਆਂ ਬੜਿਆਂ ਬੜਿਆਂ ਪਹਾੜੀ ਗ੍ਰਾਮਾਂ ਦੀ ਜ਼ਿਲ੍ਹਾਵਾਰ ਤਫਸੀਲ ਇਸ ਤਰ੍ਹਾਂ ਹੈ, ਜੇ ਵਾਦੀ ਨੀਲਮ ਜਿਸ ਦੀ ਸਰਹੱਦ ਹਿੰਦਕੋ ਇਲਾਕੇ ਗਾਗਾਨ ਨਾਲ ਮਿਲਦੀ ਹੈ, ਇਸ ਨਾਲ ਜੁੜੇ ਜ਼ਿਲ੍ਹੇ ਕਪਵਾੜੇ ਵਿੱਚ ਚੌਕੀਬਲ, ਬਣ ਛੱਤਰ, ਬੁੜੀ ਨੰਬਲ, ਦਰਦਪੋਰਾ, ਕਾਚਾਮਾ, ਮੀਲਿਆਲ, ਜ਼ਰਹਾਮਾ, ਡੋਲੀਪੋਰਾ, ਆਵਰਾ, ਬਾਮਾਮਾ, ਗਾਗਲ, ਦੇਵਰ, ਵਰਨਾਓ, ਕਰਾੜਛੂ, ਮੱਛਲ, ਜੁਮੇਗੰਡ, ਲਸ਼ਡਟ, ਕੈਂਥਾਵਾਲੀ, ਸ਼ਾਲੂ ਬੱਠਾ, ਕੇਰਨ ਅਤੇ ਪੂਰੀ ਤਹਿਸੀਲ ਕਰਨਾ ਵਿੱਚ ਪਹਾੜੀ ਬੋਲੀ ਜੁਲਦੀ ਹੈ। ਬਾਰਾਮੂਲੀ ਦੇ ਜ਼ਿਲ੍ਹੇ ਵਿੱਚ ਪੂਰੀ ਤਹਿਸੀਲ ਉੜੀ ਦੇ ਇਲਾਵਾ ਰਾਜਵਾੜ, ਜ਼ਚਲਡਾਰਾ, ਵੱਡਰ ਪਾਈਨ, ਲੱਦੋਵਾ, ਪਾਜ਼ਲਪੋਰਾ, ਮਲਨਗਾਮ, ਸ਼ੇਖ ਮਕਾਮ, ਅਜਸ, ਚਿੱਟੀ ਬਾਂਡੀ, ਅੜੀਗਾਮ, ਗਰੂਰਾ, ਕੁਡਾਰਾ, ਲਰੀ ਡੋਰਾ, ਤਾਜ਼ੀਪੋਰਾ, ਟੰਗਮਰਗ ਅਤੇ ਜੋਗਿਆੜੀ ਕਰੀਰੀ ਪਹਾੜੀ ਜ਼ਬਾਨ ਦੇ ਬੜੇ ਗ੍ਰਾਂ। ਸ੍ਰੀਨਗਰ ਦੇ ਜ਼ਿਲ੍ਹੇ ਵਿੱਚ ਯਾਰ ਵਲੀਵਾਲ, ਅੰਦਰਵਨ, ਯਾਰ ਮਕਾਮ, ਦਾਰਾ ਨਾਗਬਲ, ਰਾਮਵਾੜੀ, ਆਕਨਾੜ, ਸਰਫਰਾਵਾ ਅਤੇ ਮਾਰਗੁੰਡ ਵਿੱਚ ਪਹਾੜੀ ਬੋਲੀ ਜੁਲਦੀ ਹੈ। ਬਡਗਾਮ ਦੇ ਜ਼ਿਲ੍ਹੇ ਵਿੱਚ ਲਾਸੀਪੋਰਾ ਅਤੇ ਜੋਗਿਆੜੀ ਖਾਗ ਪਹਾੜੀ ਜ਼ਬਾਨ ਦੇ ਗ੍ਰਾਂ। ਪੁਲਵਾਮੇ ਦੇ ਜ਼ਿਲ੍ਹੇ ਵਿੱਚ ਕਰੇਵਾ ਮਾਂਦਲੂ, ਚੱਕ ਸੈਦਪੋਰਾ ਪਹਾੜੀ ਜ਼ਬਾਨ ਦੇ ਗ੍ਰਾਂ, ਪਰ ਇਹਨਾਂ ਗ੍ਰਾਮਾਂ ਦੀ ਜ਼ਬਾਨ ਤਾਂ ਵਾਦੀ ਕਸ਼ਮੀਰ ਦਿਆਂ ਬਾਕੀ ਦਿਆਂ ਪਹਾੜੀ ਇਲਾਕਿਆਂ ਦੇ ਬਰਕਸ ਹਿੰਦਕੋ ਦੀ ਬਜਾਏ ਪਠਵਾਰੀ ਦਾ ਅਸਰ ਗਾਲਬ ਹੈ, ਜਦਕਿ ਤਰਾਲ ਦੀ ਸਿੱਖ ਆਬਾਦੀ ਹਿੰਦਕੋ ਲਹਿਜੇ ਦੀ ਪਹਾੜੀ ਬੋਲਦੀ ਹੈ, ਮਗਰ ਇਹਦੀ ਪਹਾੜੀ ਤਾਂ ਪੰਜਾਬੀ ਦਾ ਅਸਰ ਵੀ ਵਾਜ਼ਿਆ ਸਹੀ ਆਉਂਦਾ ਹੈ। ਜਦਕਿ ਵਾਦੀ ਕਸ਼ਮੀਰ ਦੇ ਛੇਵੇਂ ਜ਼ਿਲ੍ਹੇ ਇਸਲਾਮਾਬਾਦ ਦਿਆਂ ਕੰਢੀ ਇਲਾਕਿਆਂ ਦਿਆਂ ਪਹਾੜੀ ਗ੍ਰਾਵਾਂ ਲਾਰਨੂ, ਕੁਕਰਨਾਗ, ਰੱਖਬਰਾ, ਸਾਲੀਆ, ਹਾਪਤਨਾੜ, ਯਾੜੀਪੋਰਾ, ਰਿਸ਼ਕਲਬਲ, ਚੱਕ ਇਸ਼ਰਦਾਸ, ਸੱਤਰ ਮੈਦਾਨ, ਸੰਗਰਵਾਨੀ, ਐਸ਼ਮਕਾਮ, ਕੁੰਡ ਕਾਂਛਲੂ, ਅਪਰ ਮੰਡਾ, ਲੋਅਰ ਮੰਡਾ ਵਿੱਚ ਹਿੰਦਕੋ ਲਹਿਜੇ ਦੀ ਪਹਾੜੀ ਬੋਲੀ ਜੁਲਦੀ ਹੈ। ਮੁਤਾਤ ਅੰਦਾਜ਼ੇ ਦੇ ਮੁਤਾਬਕ ਰਿਆਸਤ ਜੰਮੂ ਕਸ਼ਮੀਰ ਵਿੱਚ ਇਸ ਵੇਲੇ 35-40 ਲੱਖ ਲੋਕ ਪਹਾੜੀ ਬੋਲਦੇ ਹਨ, ਜਿਨ੍ਹਾਂ ਵਿੱਚੋਂ ਤਕਰੀਬਨ 15-17 ਲੱਖ ਲੋਕ ਜੰਗਬੰਦੀ ਲੈਣ ਦੇ ਉਸ ਪਾਰ ਅਤੇ ਬਾਕੀ ਆਜ਼ਾਦ ਕਸ਼ਮੀਰ ਵਿੱਚ ਹਨ। ਵਾਦੀ ਕਸ਼ਮੀਰ ਵਿੱਚ ਬੋਲੀ ਜਾਣ ਵਾਲੀ ਪਹਾੜੀ ਜ਼ਬਾਨ ਤਾਂ ਹਿੰਦਕੋ ਦੇ ਗਾਲਬ ਅਸਰ ਦਾ ਹਰ ਇੱਕ ਕੋ ਇਤਰਾਫ਼ ਹੈ, ਪਰ ਵਾਦੀ ਦੀ ਪਹਾੜੀ ਤਾਂ ਰਿਆਸਤ ਦੀ ਸਭ ਤੋਂ ਬੜੀ ਜ਼ਬਾਨ ਕਸ਼ਮੀਰੀ ਦੇ ਇਲਾਵਾ ਗੋਜਰੀ ਦਾ ਅਸਰ ਵੀ ਸਾਫ਼ ਦਿਸਦਾ ਹੈ। ਕਿਉਂ ਜੇ ਵਾਦੀ ਵਿੱਚ ਜਿੱਥੇ ਪਹਾੜੀ ਬੋਲੀ ਜੁਲਦੀ ਹੈ ਉੱਥੇ ਗੋਜਰੀ ਬੋਲਣ ਵਾਲੇ ਵੀ ਵਸਦੇ ਹਨ। ਵਾਦੀ ਦੀ ਪਹਾੜੀ ਤਾਂ ਕਸ਼ਮੀਰੀ ਅਤੇ ਗੋਜਰੀ ਦੇ ਅਸਰ ਕੋ ਅਸੀਂ ਮੁਖਤਸਰ ਲਫ਼ਜ਼ਾਂ ਵਿੱਚ ਇਸ ਤਰ੍ਹਾਂ ਬਿਆਨ ਕਰ ਸਕਦੇ ਹਾਂ, ਮਸਲਨ, ਮੁਕੋ ਨਹੀਂ ਤਗਦਾ, ਮੈਂ ਠੂਲ ਖਾਦਾ, ਇਹਨਾਂ ਦੋਵਾਂ ਜੁਮਲਿਆਂ ਵਿੱਚ ਤਗਦਾ ਔਰ ਠੂਲ ਕਸ਼ਮੀਰੀ ਲਫ਼ਜ਼ ਹਨ। ਤਗਦਾ ਦਾ ਮਤਲਬ ਹੈ ਅਟਕਲ ਜਾਂ ਗੱਤ, ਜਿਸ ਤਰ੍ਹਾਂ ਪਹਾੜੀ ਤਾਂ ਹਿੰਦਕੋ ਦਾ ਮੁਸ਼ਤਰਕਾ ਮਾਵਰਾ ਹੈ, ਜੇ ਉਸਤਾਦ ਬਗੈਰ ਗੱਤ ਨਹੀਂ ਤਾਂ ਸ਼ਾਹ ਬਗੈਰ ਪਤ ਨਹੀਂ। ਠੂਲ ਦਾ ਮਤਲਬ ਹੈ ਅੰਟੜਾ, ਇਹਨਾਂ ਦੋਵਾਂ ਕਸ਼ਮੀਰੀ ਲਫ਼ਜ਼ਾਂ ਕੋ ਕੱਢ ਕੇ ਜੁਮਲੇ ਬਣਾਵਾਂ ਤਾਂ ਇਹ ਮੁਕੋ ਨਹੀਂ ਇਹਦਾ ਜਾਂ ਮੁਕੋ ਗੱਤ ਨਹੀਂ ਹੋਰ ਮੈਂ ਅੰਟੜਾ ਖਾਦਾ ਭਲੇ ਗਏ ਸਨ। ਅੰਟੜਾ ਦਰਅਸਲ ਕਾਗਾਨੀ ਜਾਂ ਹਿੰਦਕੋ ਦੇ ਕਾਗਾਨੀ ਲਹਿਜੇ ਦਾ ਲਫ਼ਜ਼ ਨਹੀਂ, ਬਲਕਿ ਇਸ ਦੀ ਅਸਲ ਗੋਜਰੀ ਦੇ ਲਫ਼ਜ਼ ਆਂਟੜੋ ਵਿੱਚ ਹੈ। ਪਹਾੜੀ ਵਿੱਚ ਆ ਕੇ ਆਂਟੜੋ ਦੀ ਮੱਦ ਜ਼ਬਰ ਵਿੱਚ ਅਤੇ ਵਾ ਅਲਫ਼ੇ ਵਿੱਚ ਬਦਲ ਗਿਆ। ਹਿੰਦਕੋ ਦੀ ਕਾਗਾਨੀ ਲਹਿਜੇ ਵਿੱਚ ਪਹਾੜੀ ਦੇ ਲਫ਼ਜ਼ ਅੰਟੜੇ ਕੋ ਅਟੜਾ ਆਖਦੇ ਨੇ। ਹਿੰਦਕੋ ਦੀਆਂ ਕਈ ਲੋਕ ਗੀਤਾਂ ਅਤੇ ਲੋਕ ਕਹਾਣੀਆਂ ਪਹਾੜੀ ਦੇ ਹਿੰਦਕੋ ਥੀ ਮੁਤਾਸਰ ਲਹਿਜੇ ਵਿੱਚ ਮੌਜੂਦ ਹਨ। ਮਸਲਨ, ਕਿੱਸਾ ਕਛੂਆ ਸੋਰਠ ਅਤੇ ਰਾਜਾ ਰਸਾਲੂ ਔਰ ਲੋਕ ਗੀਤ ਲੱਛੀ, ਬਗੜੋ, ਕੂੰਜੜੀ, ਮਾਈਆ, ਬਾਲੋ ਔਰ ਕਈ ਗੀਤਾਂ ਹਿੰਦਕੋ ਦੇ ਇਲਾਕੇ ਵਿੱਚੋਂ ਪਹਾੜੀ ਦੇ ਇਲਾਕੇ ਵਿੱਚ ਗਈਆਂ, ਜਿਸ ਤਰ੍ਹਾਂ ਕਿ ਇਹਦੀਆਂ ਬੋਲਾਂ ਥੀ ਜ਼ਾਹਰ ਆਉਂਦਾ ਹੈ। ਮਸਲਨ, ਤਲਨਦਾਰੋ ਤਾਰ ਆਈ ਹੈ, ਬਗੜੋ ਬੁੱਢੀ ਹੋ ਗਈ, ਹੁਣ ਲੱਛੀ ਦੀ ਵਾਰ ਆਈ ਹੈ, ਉੱਡ ਬਲਾ ਕੂੰਜੜੀਏ, ਮਨ ਸਿਰਿਆ ਗਿਆ ਧੁੱਪ ਲੱਗਦੀ, ਇੱਕ ਪਰਦੇਸਾਲਾ ਦੁਆ ਜ਼ਾਲਮ ਭੁੱਖ ਲੱਗਦੀ, ਬਾਗਮ ਵਿੱਚ ਆਈ ਹੋਈਆਂ, ਨਾ ਮਾੜਾ ਸਰਵਰ ਜਾਨ, ਮਾਈਏ ਬਾਲੋ ਬਣਾਈ ਹੋਈਆਂ, ਬਾਗਮ ਵਿੱਚ ਬੰਨਾ ਉਹ ਬੰਨਾ, ਨਾ ਮਾੜਾ ਮੁਹੰਮਦ ਸ਼ਫੀ, ਬਾਲੋ ਆਖੇ ਚਾਨਾ ਉਹ ਚਾਨਾ।
ਸਰਵਰ ਜਾਨ ਅਤੇ ਮੁਹੰਮਦ ਸ਼ਫੀ ਦੋ ਹਿੰਦਕੋ ਇਲਾਕੇ ਦੇ ਕਿਰਦਾਰ ਹਨ। ਇਸੀ ਤਰ੍ਹਾਂ ਕਈ ਅਖਾਣ ਅਤੇ ਬੁਜ਼ਾਰਤਾਂ ਵੀ ਪਹਾੜੀ ਅਤੇ ਹਿੰਦਕੋ ਦੀ ਸਾਂਝੀ ਦੌਲਤ ਹਨ। ਮਸਲਨ, ਅੱਲਾ ਦੇ ਗਮਾਏ ਪਖਲੀ ਛੋੜ ਉਧਾਰੇ ਆਏ, ਆਰ ਗਈ ਪਾਰ ਗਈ, ਬਜੜ ਬੂਹਾ ਮਾਰ ਗਈ, ਜੰਮ ਨਾ ਮੁੱਕਿਆ ਦਾਦੇ ਦੀ ਨਵਾਰ, ਵਗੈਰਾ ਵਗੈਰਾ। ਪਹਾੜੀ ਦੀਆਂ ਕਸ਼ਮੀਰ ਵਿੱਚ ਤਖਲੀਕ ਹੋਈਆਂ ਦੀਆਂ ਲੋਕ ਗੀਤਾਂ 'ਤੇ ਵੀ ਹਿੰਦਕੋ ਦਾ ਰੰਗ ਗਾਲਬ ਹੈ। ਮਸਲਨ, ਵਾਦੀ ਨੀਲਮ ਦੇ ਇਲਾਕੇ ਵਿੱਚ ਪਰਨਈ ਵਿੱਚ ਦਰਸ਼ੀ ਦੇ ਮਕਾਮ 'ਤੇ 70-80 ਸਾਲ ਪਹਿਲਾਂ ਤਖਲੀਕ ਹੋਣ ਵਾਲੀ ਗੀਤਾ ਕੈਂਚੀ ਦੇ ਇਹ ਬੋਲ। ਦਰਸ਼ੀ ਦੇ ਬਾਣੇ ਵਿੱਚ ਛਿੱਕਦੀਆਂ ਆ ਰਹੀ, ਗਿਆ ਮਾੜਾ ਮੁਨਸ਼ੀ, ਕੰਮ ਰਿਹਾ ਬਰਿਆ ਸਾਰੀ, ਲੱਗੀ ਕੈਂਚੀ ਦਿਲੇ ਦੀ, ਲੱਗੀ ਕੈਂਚੀ ਦਿਲੇ ਦੀ, ਦਿਲ ਡਾਢਾ ਤੰਗ ਹੈ, ਗੋਲੀ ਮਾਰਾਂ ਰਾਖਿਆਂ ਕੋ, ਅੱਲਾ ਮਾੜੇ ਸੰਗ ਹੈ, ਲੱਗੀ ਕੈਂਚੀ ਦਿਲੇ ਦੀ। ਵਾਦੀ ਨੀਲਮੀ ਦੇ ਕੇਰਨ ਇਲਾਕੇ ਵਿੱਚ ਤਕਰੀਬਨ 150 ਸਾਲ ਪਹਿਲਾਂ ਤਖਲੀਕ ਹੋਈ ਦੀ ਗੀਤਾ ਜੀਂਦੇ ਦੇ ਬੋਲ ਵੀ ਸੁਣ ਕੇ ਨਾ। ਜੀਂਦਾ ਮਾਵੇਂ ਦੇ ਘਰ ਮੰਗਿਆ, ਮਾਵੇਂ ਮਾਰ ਕੁਆਲਾ ਟੰਗਿਆ, ਜੀਂਦੇ ਕੋ ਨਾ ਮਾਰੋ, ਨਾ ਮਾਰੋ, ਨਾ ਮਾਰੋ ਮਾੜੀ ਜਾਨ, ਜੀਂਦੇ ਕੋ ਨਾ ਮਾਰੋ। ਜੀਂਦਾ ਪੰਜਾਂ ਭੈਣਾਂ ਦਾ ਲਾਲਾ, ਭੈਣਾਂ ਰੋ ਰੋ ਆਖਣ ਲਾਲਾ, ਅਸਤਾ ਕਰਸੀ ਕੌਣ ਸੰਭਾਲਾ, ਜੀਂਦੇ ਕੋ ਨਾ ਮਾਰੋ, ਨਾ ਮਾਰੋ, ਨਾ ਮਾਰੋ ਮਾੜੀ ਜਾਨ, ਜੀਂਦੇ ਕੋ ਨਾ ਮਾਰੋ। ਹਿੰਦਕੋ ਤਾਂ ਪਹਾੜੀ ਦੇ ਰਿਸ਼ਤੇ ਕੋ ਕਦੇ ਅਸੀਂ ਕਦੀਮ ਤਾਰੀਖ ਦੀਆਂ ਵਰਕਾਂ ਵਿੱਚ ਢੂੰਡੇ ਦੀ ਕੋਸ਼ਿਸ਼ ਕਰਾਂ ਤਾਂ ਅਸਾਂ ਕੋ ਮਹਾਰਾਜਾ ਅਸ਼ੋਕ ਔਰ ਕਨਸ਼ਕ ਦੇ ਦੌਰ ਦੀ ਨੀਲਮਵਾਦੀ ਵਿੱਚ ਸ਼ਾਰਦਾ ਦੇ ਮੁਕਾਮ 'ਤੇ ਕਾਇਮ ਬੁੱਧ ਯੂਨੀਵਰਸਿਟੀ, ਜਿਸ ਕੋ ਸ਼ਾਰਦਾ ਮੰਡਲ ਆਖਿਆ ਗਿਆ, ਵਿੱਚ ਤਖਲੀਕ ਹੋਣ ਵਾਲੇ ਅਦਬ ਦੀ ਢੂੰਡ ਕਰਨੀ ਪੈ ਸੀ, ਜਿਹੜਾ ਜ਼ਮਾਨੇ ਦੀਆਂ ਹਾਦਸਾਤਾਂ ਦਾ ਸ਼ਿਕਾਰ ਹੋ ਗਿਆ। ਪਾਕਿਸਤਾਨ ਦੇ ਕਿਆਮ ਦੇ ਬਾਅਦ ਜੰਮੂ ਕਸ਼ਮੀਰ ਦੀਆਂ ਦੂਜੀਆਂ ਜ਼ਬਾਨਾਂ ਦੀ ਤਰ੍ਹਾਂ ਪਹਾੜੀ ਵਿੱਚ ਵੀ ਅਦਬ ਦੀ ਤਖਲੀਕ ਦਾ ਕੰਮ ਸ਼ੁਰੂ ਹੋ ਗਿਆ ਆਸਾ, ਜਿਸ ਦੀ ਤਫਸੀਲ ਦੀ ਇੱਥੇ ਗੁੰਜਾਇਸ਼ ਨਹੀਂ। ਪਰ ਇਤਨੀ ਗੱਲ ਕਰਨੀ ਜ਼ਰੂਰੀ ਹੈ, ਜੇ ਪਹਾੜੀ ਜ਼ਬਾਨ ਅਤੇ ਅਦਬ ਔਰ ਪਹਾੜੀ ਬੋਲਣ ਵਾਲਿਆਂ ਦੀ ਬਹਿਬੂਦ ਅਤੇ ਤਰੱਕੀ ਵਾਸਤੇ 1970 ਦੀ ਦਹਾਈ ਵਿੱਚ ਕਰਨਾ ਹਾਥੀ ਮੁਹੰਮਦ ਨੂਰੁੱਲਾ ਕੁਰੇਸ਼ੀ, ਅਬਦੁਲ ਹਮੀਦ ਖਾਨ, ਕਾਜ਼ੀ ਗੁਲਾਮ ਹੈਦਰ, ਆਲਮ ਕੁਰੇਸ਼ੀ, ਸੈਫ ਅਲੀ ਖਾਨ, ਅਬਦੁਲ ਰਸ਼ੀਦ ਕੁਰੇਸ਼ੀ, ਅਬਦੁਲ ਰਸ਼ੀਦ ਲੋਨ, ਮਕਬੂਲ ਖਾਨ, ਕਾਜ਼ੀ ਅਬਦੁਲ ਹਮੀਦ ਅਤੇ ਉਹਦੀਆਂ ਸੰਗੀਆਂ, ਔਰ ਵਲੀਵਾਲ ਸ੍ਰੀਨਗਰ ਸੀ ਸੈਯਦ ਯੂਸਫ ਨਸੀਮ, ਸ੍ਰੀਨਗਰ ਸ਼ਹਿਰ ਸੀ ਨਜ਼ੀਰ ਅਹਮਦ ਮਸੂਦੀ, ਅਤੇ ਰਜੌਰੀ ਸੀ ਮਿਰਜ਼ਾ ਅਬਦੁਲ ਰਸ਼ੀਦ, ਉਹਦੀਆਂ ਸੰਗੀਆਂ ਸੁਣ ਮੁਹੰਮਦ ਨੂਰੁੱਲਾ ਕੁਰੇਸ਼ੀ ਔਰਾਂ ਦੀ ਚੇਅਰਮੈਨਸ਼ਿਪ ਵਿੱਚ ਪਹਾੜੀ ਕਲਚਰ ਐਂਡ ਵੈਲਫੇਅਰ ਫੋਰਮ ਨਾਂ ਦੀ ਰਿਆਸਤੀ ਸਤਹ ਦੀ ਤਨਜ਼ੀਮ ਦੇ ਪਲੇਟਫਾਰਮ ਤੋਂ ਮੁਸ਼ਤਰਕਾ ਜਦੋਂ ਸ਼ੁਰੂ ਕੀਤੀ, ਜਿਸ ਦੇ ਨਤੀਜੇ ਵਿੱਚ ਅਗਸਤ 1978 ਵਿੱਚ ਜੰਮੂ ਐਂਡ ਕਸ਼ਮੀਰ ਅਕੈਡਮੀ ਆਫ ਆਰਟ ਕਲਚਰ ਐਂਡ ਲੈਂਗੁਏਜ ਸ੍ਰੀਨਗਰ ਵਿੱਚ ਕਰੀਮੁੱਲਾ ਕੁਰੇਸ਼ੀ ਦੀ ਸਰਪ੍ਰਸਤੀ ਵਿੱਚ ਪਹਾੜੀ ਦਾ ਇੱਕ ਨਫਰੀ ਸ਼ੋਭਾ ਕਾਇਮ ਹੋਇਆ, ਜਿਸ 'ਤੇ ਰਿਆਸਤ ਜੰਮੂ ਕਸ਼ਮੀਰ ਵਿੱਚ ਇਸ ਵੇਲੇ 3 ਇਲਾਕਾਈ ਜ਼ੈਲੀ ਦਫ਼ਤਰ ਕਾਇਮ ਹਨ। ਸ਼ੋਭੇ ਕੋ ਤਖਲੀਕੀ ਕਮੇ ਵਿੱਚ ਪਹਾੜੀ ਦੀਆਂ ਨੀਮ ਹਾਕਾਰੀ, ਨੂਨ ਮਾਕੂਸੀ ਅਤੇ ਸੋਤੀਆ ਅੜੇ ਦੀਆਂ ਖਫੀਫ ਆਵਾਜ਼ਾਂ ਦੀਆਂ ਅਲਾਮਤਾਂ ਦੀ ਅਦਮ ਮੌਜੂਦਗੀ ਦੀ ਵਜ੍ਹਾ ਥੀ ਕਾਫ਼ੀ ਮੁਸ਼ਕਲ ਦਰਪੇਸ਼ ਰਹੀ, ਪਰ ਲਿਖੋ ਹੋਰ ਅਤੇ ਪੜ੍ਹੋ ਹੋਰ ਦੇ ਜਾਇਰਾਨਾ ਅਸੂਲ ਤਾਂ ਹੀ ਕੰਮ ਜਾਰੀ ਰਿਹਾ ਅਤੇ ਇਸ ਵੇਲੇ ਤਿਕਰ ਸ੍ਰੀਨਗਰ ਅਕੈਡਮੀ ਦੇ ਪਹਾੜੀ ਸ਼ੋਭੇ ਵਿੱਚ ਮੁਖਤਲਿਫ ਮੌਜੂਦ ਅਤੇ 500 ਦੇ ਕਰੀਬ ਕਿਤਾਬਾਂ ਅਤੇ ਰਸਾਲੇ ਛਪ ਗਏ ਹਨ, ਔਰ ਪਹਾੜੀ ਡਿਕਸ਼ਨਰੀ ਦਾ ਕੰਮ ਵੀ ਮੁਕੰਮਲ ਹੋਣ ਵਾਲਾ ਹੈ। ਇੱਧਰ ਪਾਕਿਸਤਾਨ ਵਿੱਚ ਅੱਲਾ ਭਲਾ ਕਰਿਆ ਅਲਾਮਾ ਇਕਬਾਲ ਓਪਨ ਯੂਨੀਵਰਸਿਟੀ ਦੇ ਉਰਦੂ ਸ਼ੋਭੇ ਦਾ, ਜਿਸ ਕਰੀਮੁੱਲਾ ਕੁਰੇਸ਼ੀ ਕੋ ਪਹਾੜੀ ਔਰ ਉਰਦੂ ਜ਼ਬਾਨ ਕਾ ਤਕਾਬਲੀ ਮਤਾਲਾ ਦੇ ਅਨਵਾਨ ਦੇ ਤਹਿਤ ਐਮ ਫਿਲ ਦੀ ਸਤਹ ਦਾ ਤਾਕੀਕੀ ਮਕਾਲਾ ਲਿਖਾਲ ਕੇ ਪਹਾੜੀ ਜ਼ਬਾਨ ਦੀ ਤਾਰੀਖ ਅਤੇ ਜਗਰਾਫੀਆਈ ਹੈਸੀਅਤ ਦੇ ਤਈਨ ਦੇ ਨਾਲ ਨਾਲ ਇਸ ਦਾ ਸੋਤੀ ਨਿਜ਼ਾਮ ਔਰ ਗ੍ਰਹਿਮਰ ਵੀ ਮੁਕੰਮਲ ਕਰਾਲ ਛੁੜੇ। ਇਸ ਕੀਤੇ ਅਜੋ ਪਿਛੇ ਪਹਾੜੀ ਦਾ ਜਿਹੜਾ ਅਦਬੀ ਤਖਲੀਕ ਹੋ ਸੀ ਉਹ ਸੋਤਿਆਤ ਦੇ ਆਲਮੀ ਅਸੂਲ ਦੇ ਤਹਿਤ ਹੋ ਸੀ। ਨਵੀਂ ਤਹਿਕੀਕ ਦੇ ਮੁਤਾਬਕ 16 ਨੀਮ ਹਾਕਾਰੀ ਆਵਾਜ਼ਾਂ ਅਤੇ ਨੂਨ ਮਾਕੂਸੀ ਸਮੇਤ ਪਹਾੜੀ ਦੀਆਂ ਅਰਫਾਂ ਦੀ ਪੱਟੀ ਵਿੱਚ ਕੁੱਲ 65 ਅਰਫ ਜਾਂ ਮਸਮਤੇ ਹੋ ਗਏ, ਜਦਕਿ ਇਸ ਮਸਵਤਿਆਂ ਦੀ ਤਾਦਾਦ 19। ਆਖਰ ਤਾਂ ਇਹ ਗੱਲ ਕਰਨੀ ਵੀ ਵਾਜਬ ਸਮਝਦਾ ਜੇ ਪਹਾੜੀ ਤਾਂ ਹਿੰਦਕੋ ਦਾ ਸੋਤੀ ਨਿਜ਼ਾਮ ਬਿਲਕੁਲ ਇੱਕ ਹੈ, ਪਰ ਲੱਗਦਾ ਜੇ ਹਿੰਦਕੋ ਦਾਨਾ ਵੀ ਇਲਮੁਲ ਲਸਾਨੀਆਤ ਦੇ ਅਸੂਲ ਨਹੀਂ ਅਪਣਾਏ, ਜਿਨ ਦੀ ਮੌਜੂਦਾ ਦੌਰ ਵਿੱਚ ਸਖ਼ਤ ਜ਼ਰੂਰਤ ਹੈ। ਡਾਕਟਰ ਇਲਾਹੀ ਬਖਸ਼ ਅਖਤਰ ਆਵਾਨ ਸਾਹਿਬ ਹੋਰਾਂ ਜੇ ਮਾਹਿਰ ਲਸਾਨੀਆਤ ਤਾਂ ਸਿਰਫ ਹਿੰਦਕੋ ਦਾਨਾ ਹੀ ਕੋ ਨਾਮ ਬਲਕਿ ਪਹਾੜੀ ਦਾਨਾ ਕੋ ਵੀ ਫਖਰ ਹੈ, ਪਰ ਇਹਨਾਂ ਵੀ ਫਾਰਸੀ ਰਸਮ ਖਤ ਵਿੱਚ ਲਿਖੇ ਗਏ ਵਾਲੀ ਆਪਣੀ ਹਿੰਦਕੋ ਵਾਸਤੇ ਨੂਨ ਮਾਕੂਸੀ ਦੀ ਆਲਮੀ ਸੋਤਿਆਤੀ ਨਿਜ਼ਾਮ ਦੇ ਅਸੂਲ ਦੇ ਤਹਿਤ ਸਹੀ ਅਲਾਮਤ ਵਜ਼ਾ ਨਹੀਂ ਕੀਤੀ, ਬਲਕਿ ਆਪਣੇ ਤਹਿਕੀਕੀ ਮੁਕਾਲੇ ਵਿੱਚ ਇਸ ਵਾਜ਼ਾ ਕੋ IPA ਵਿੱਚ ਲਿਖ ਕੇ ਸਿਰਫ ਯੂਰਪੀਆਂ ਵਾਸਤੇ ਆਸਾਨੀ ਪੈਦਾ ਕੀਤੀ ਹੈ ਅਤੇ ਹਿੰਦਕੋ ਦੀਆਂ ਨੀਮ ਹਾਕਾਰੀ ਅੜੇ ਦੀਆਂ ਖਫੀਫ ਆਵਾਜ਼ਾਂ ਦੀ ਨਿਸ਼ਾਨਦੇਹੀ ਵੀ ਨਹੀਂ ਕੀਤੀ। ਖੈਰ ਕੁਝ ਵੀ ਹੋਵੇ, ਇਹਨੇ ਵਾਲਾ ਕੋਈ ਵੀ ਪਹਾੜੀ ਜਾਂ ਹਿੰਦਕੋ ਮਹੱਕਕ ਡਾਕਟਰ ਸਾਹਿਬ ਦੇ ਤਹਿਕੀਕੀ ਕੰਮਾਂ ਥੀ ਅੱਖੀਆਂ ਨੂੰ ਉੱਠ ਕੇ ਅੱਗੇ ਨਹੀਂ ਲੰਘ ਸਕਦਾ। ਅੱਲਾ ਕਰੇ ਇਹਨੇ ਵਾਲਿਆਂ ਤਿਆੜਿਆਂ ਵਿੱਚ ਅਸੀਂ ਹਿੰਦਕੋ ਅਤੇ ਪਹਾੜੀ ਦੀ ਮੁਸ਼ਤਰਕਾ ਆਲਮੀ ਕਾਨਫਰੰਸ ਦਾ ਇਹਤਮਾਮ ਕਸ਼ਮੀਰ ਦੇ ਤਾਰੀਖੀ ਸ਼ਹਿਰ ਸ੍ਰੀਨਗਰ ਵਿੱਚ ਕਰਾਂ। ਵਸਲਾਮ।